ਅਸਲਾਮ ਅਲੈਕਮ ਦੋਸਤੋ ਤੁਸੀਂ ਵੇਖ ਰਹੇ ਹੋ ਨੀਲੀ ਬ੍ਰਾਂਡ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਸجاد ਅਖਤਰ ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਔਰ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਕਰੋ ਪ੍ਰੈਸ ਤਾਂ ਕਿ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਤੇ ਨੋਟੀਫਿਕੇਸ਼ਨ ਪਹੁੰਚੇ ਮੇਰੇ ਵੀਰਾਂ ਭਰਾਵਾਂ ਤੱਕ ਬਾਸਾਨੀ ਔਰ ਵੀਡੀਓ ਵੇਖਣ ਤੋਂ ਸਭ ਤੋਂ ਪਹਿਲੇ ਅੱਜ ਭਰਾਵਾਂ ਦੇ ਨਜ਼ਰ ਜਨਾਬ ਤਾਜ਼ਾ ਸਹੀ ਮੱਛੀ ਦੀ ਵੀਡੀਓ ਲੈ ਕੇ ਹਾਜ਼ਰ ਆਇਆ ਹਾਂ ਹਵਾਨਾ ਵੇਖ ਸਕਦੇ ਹੋ ਜਨਾਬ ਜਿੰਨੂੰ ਕਿ ਕਿਹਾ ਜਾਂਦਾ ਥੱਬਿਆਂ ਦੇ ਹਵਾਨੇ ਵੀਰਾਂ ਦੀ ਨਜ਼ਰ ਮਾਸ਼ਾਅੱਲਾ ਫੁੱਟ ਫੁੱਟ ਹਵਾਨਾ ਬਾਹਰ ਗੱਡੀ ਖੜੀ ਹੈ ਜਨਾਬ ਪਿਛਲੇ ਥਾਂ ਦੋਵੇਂ ਬਾਹਰ ਨੇ ਵੀਰਾਂ ਦੀ ਨਜ਼ਰ ਹੈ ਮਾਸ਼ੱਲਾ ਚੈੱਕ ਕਰ ਸਕਦੇ ਹੋ ਕੱਟੀ ਦਿੱਤੀ ਜਨਾਬ ਬੜੀ ਸੋਹਣੀ ਮਾਸ਼ੱਲਾ ਕੱਟੀ ਦੇ ਹੱਡਕਾਰਡ ਵੇਖੋ ਬਰੀਕੀਆਂ ਵੇਖੋ ਮਾਸ਼ੱਲਾ ਵੀਰਾਂ ਦੀ ਨਜ਼ਰ ਹੈ ਮਾਲਕਾਂ ਦਾ ਕਹਿਣਾ ਜਨਾਬ ਮੱਜ ਤੀਜਾ ਸਵੇਰ ਸੋਈਏ ਦੂਜੇ ਸਵੇਰ ਮਾਲਕ ਕਹਿੰਦੇ ਨੇ ਜੀ ਅਸੀਂ ਇਹਦੇ ਥੱਲੋਂ 17 ਤੋਂ 18 ਲੀਟਰ ਦੁੱਧ ਚੋਂਦੇ ਰਹਿਆ ਆ ਐਸੋ ਮਜ਼ੇਦ ਇਨਸ਼ਾਅੱਲਾ ਵਧਾਵੇਗੀ ਤੇ ਵੀਰਾਂ ਦੀ ਨਜ਼ਰ ਮਾਸ਼ੱਲਾ ਮੱਝ ਵੇਖ ਸਕਦੇ ਹੋ ਤਾਜ਼ਾ ਸੋਈ ਖੜੀ ਕਾਲੀ ਸ਼ਾ ਮੱਝ ਪੂਸ਼ਲ ਦਾ ਥੱਲੋਂ ਥੋੜੀ ਜੀ ਸਫੈਦ ਹੈ ਬਾਕੀ ਟੋਟਲ ਮੱਝ ਕਾਲੀ ਸ਼ਾ ਹੈ ਵੀਰਾਂ ਦੀ ਨਜ਼ਰ ਇਹ ਪੂਸ਼ਲ ਵੇਖ ਸਕਦੇ ਹੋ ਜ਼ਮੀਨ ਨਾਲ ਲੱਗਦੀ ਤੁਨੀ ਕੌੜੀ ਤੋਂ ਬਿਲਕੁਲ ਪਾ ਕੇ ਮੱਝ ਕੱਟੀ ਦੇਖ ਸਕਦੇ ਜਨਾਬ ਮੱਜ ਤਾਜ਼ਾ ਸੋਈ ਏ ਕੱਟੀ ਹਲੇ ਥੋੜੀ ਥੋੜੀ ਟੁਰਦੀ ਏ ਤੇ ਮਾਸ਼ਾਅੱਲਾ ਕੱਟੀ ਦੇ ਹੱਡ ਕਾਟ ਦੇਖ ਲਓ ਬੜੀ ਸੋਹਣੀ ਤੇ ਪਿਓਰ ਨੀਲੀ ਦੀ ਜਨਾਬ ਕੱਟੀ ਵੀ ਏ ਥੱਲੇ ਇਸ ਤੇ ਜਿੰਨੂ ਕੇ ਨੀਲੀ ਦੀ ਕਿਹਾ ਜਾਂਦਾ ਮੱਜ ਵੀਰਾਂ ਦੇ ਸਾਹਮਣੇ ਸਿੰਘ ਵੀ ਮੂੰਹ ਵੀ ਕਾਲੀ ਸ਼ਾਹ ਮੱਜ ਪਸ਼ਮ ਮੱਜ ਤੇ ਬੜੀ ਏ ਵੀਰਾਂ ਦੀ ਨਜ਼ਰ ਏ ਚੈੱਕ ਕਰ ਸਕਦੇ ਹੋ ਜੀ ਮਾਸ਼ਾਅੱਲਾ ਟਰਦੀ ਫਿਰਦੀ ਵੀ ਵਖਾਵਾਂਗੇ ਦੋਸਤਾਂ ਨੂੰ ਥੱਬਿਆਂ ਦਾ ਹਵਾਨਾ ਜਿੰਨੂੰ ਕੋ ਕਹਾ ਜਾਂਦਾ ਹੈ ਵੀਰਾਂ ਦੀ ਨਜ਼ਰ ਹੈ ਹਵਾਨਾ ਵੇਖ ਸਕਦੇ ਹੋ ਥਣ ਮਾਸ਼ਾਅੱਲਾ ਬੜੇ ਸੋਹਣੇ ਲੱਗੇ ਨੇ ਪੂਰੀ ਲੋਕੇਸ਼ਨ ਤੇ ਟਰਦੀ ਫਿਰਦੀ ਵੇਖ ਸਕਦੇ ਹੋ ਵੀਰਾਂ ਦੀ ਨਜ਼ਰ ਹੈ ਮਾਸ਼ਾਅੱਲਾ ਮੱਝ ਸੋਲਾ ਨੇ ਕਿਸੇ ਕਿਸਮ ਦਾ ਕੋਈ ਏਬ ਨਹੀਂ ਇਹਦੇ ਚ ਟੁਰਨ ਦਾ ਜੇ ਚੈੱਕ ਕਰ ਸਕਦੇ ਹੋ ਤਾਜ਼ਾ ਸੋਈ ਮੱਝ ਜੇਰ ਪਾ ਲਈ ਗਈ ਹੈ ਮਾਸ਼ਾਅੱਲਾ ਹਵਾਨਾ ਵੇਖ ਸਕਦੇ ਹੋ ਥੱਬਿਆਂ ਦਾ ਹਵਾਨਾ ਕੱਟੀ ਪਿੱਛੇ ਬੜੀ ਸੋਹਣੀ ਹੈ ਜਨਾਬ ਜਿਹੜਾ ਭਰਾ ਲੈ ਕੇ ਜਾਏਗਾ ਇਨਸ਼ਾਅੱਲਾ ਯਾਦ ਕਰੇਗਾ ਦੁਆਵਾਂ ਦੇਵੇਗਾ ਕਿ ਕਿਸੇ ਭਰਾ ਨੇ ਕੋਈ ਮੱਝ ਦਿੱਤੀ ਹੈ ਤੇ ਨਾਲ ਜਿਹੜੀ ਕੱਟੀ ਅਸਲ نسلਦਾਰ ਵੀਰਾਂ ਦੀ ਨਜ਼ਰ ਹੈ ਚਿੱਟੀਆਂ ਸਵਾਦ ਅਖਾਣੇ ਕੱਟੀ ਦੀਆਂ ਨਾੜਵਾ ਵੇਖ ਸਕਦੇ ਹੋ ਬਿਲਕੁਲ ਤਾਜ਼ਾ ਸੋਈ ਵਾਲੇ ਛੋਟੀ ਜਨਾਬ ਵੀਰਾਂ ਦੀ ਨਜ਼ਰ ਹੈ ਵੇਖ ਸਕਦੇ ਜਨਾਬ ਬਿਲਕੁਲ ਕੱਚਾ ਨਾੜਵਾ ਖੜਾ ਹੈ ਕੱਟੀ ਮਾਸ਼ਾਅੱਲਾ ਬੜੀ ਤਕਰੀਬਨ ਮੰਣ ਦੀ ਕੱਟੀ ਹੋਣੀ ਹੋਣੀ ਹੈ ਵੀਰਾਂ ਦੀ ਨਜ਼ਰ ਹੈ ਮਾਸ਼ਾਅੱਲਾ ਮੱਧ ਤੇ ਸਫੈਦ ਫੁੱਲੀ ਬਾਕੀ ਕੱਟੀ ਪੂਰੀ ਕਾਲੀ ਸ਼ਾਇਦ ਚਿੱਟੀਆਂ ਸ਼ਫੈਦ ਖਾਨੇ ਕੱਟੀ ਦੀਆਂ ਮੱਝ ਵੇਖ ਸਕਦੇ ਹੋ ਜਨਾਬ ਥਾਣੇ ਵੇਖ ਸਕਦੇ ਹੋ ਹਰ ਪਾਸੋਂ ਪੂਰੀ ਮਾਲਕਾਂ ਦੀ ਡਿਮਾਂਡ ਜਨਾਬ 3 ਲੱਖ ਤੇ 40000 ਰੁਪਇਆ ਮਜ਼ੀਦ ਇਹਦੇ ਚੋਂ ਪਿਆਰ ਮੁਹੱਬਤ ਹੋ ਜਾਏਗਾ ਵੀਰਾਂ ਦੀ ਨਜ਼ਰ ਹੈ ਅਗਰ ਕਿਸੇ ਵੀਰ ਭਰਾ ਨੂੰ ਜਾਨਵਰ ਪਸੰਦ ਹੈ ਸੜ ਲొਕੇਸ਼ਨ ਸਾਡੀ ਜ਼ਿਲ੍ਹਾ ਬਾਗਪਤਨ ਤਹਿਸੀਲ ਆਰਫਵਾਲਾ ਆਰਫਵਾਲਾ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੇ فاਸਲੇ ਤੇ ਖੜੀ ਹੈ ਜਨਾਬ ਮੱਝ ਤੇਜਾ ਸੁਵਸ ਹੋਈ ਏ ਸਾਡਾ رابطہ ਨੰਬਰ 0304 5544 153 ਇਹ ਸਾਡਾ WhatsApp ਨੰਬਰ ਵੀ ਏ ਕਾਲ ਨੰਬਰ ਵੀ ਏ ਜਨਾਬ ਵੀਰਾਂ ਦੀ ਨਜ਼ਰ ਏ ਕੱਟੀ بار بار ਵਖਾ ਰਹੇ ਮਾਸ਼ਾਅੱਲਾ ਕੱਟੀ ਵੇਖ ਸਕਦੇ ਹੋ ਬੜੀ ਸੋਹਣੀ ਕੱਟੀ ਦਿੱਤੀ ਜਨਾਬ ਜਿੰਨੂ ਕੇ ਕੱਟੀ ਕਿਹਾ ਜਾਂਦਾ ਹੈ ਮੱਝਾਂ ਕਿਹਾ ਜਾਂਦਾ ਹੈ ਜਿਹੜੀਆਂ ਨਸਲਦਾਰ ਬਣਨ ਵਾਲੀਆਂ ਹੁੰਦੀਆਂ ਨੇ ਪੁਸ਼ਲ ਥੋੜੀ ਜੀ ਸਫੈਦ ਏ ਕੱਟੀ ਦੀ ਵੀ ਤੇ ਮੱਥੇ 'ਚ ਸਫੈਦ ਫੁੱਲੀ ਏ ਥੋੜੀ ਜੀ ਬਾਕੀ ਕੱਟੀ ਪੂਰੀ ਕਾਲੀ ਛਾਏ ਵੀਰਾਂ ਦੀ ਨਜ਼ਰ ਏ ਮਾਲਕਾਂ ਦੀ ਡਿਮਾਂਡ 3 ਲੱਖ ਤੇ 40 ਹਜ਼ਾਰ ਰੁਪਿਆ ਦੂਸਰੇ ਸਵੇ ਮਾਲਕ ਇਸ ਦਾ ਦੁੱਧ ਚਾਹੁੰਦੇ ਰਹੇ ਨੇ 17 ਤੋਂ 18 ਲੀਟਰ ਮਾਲਕਾਂ ਦਾ ਕਹਿਣਾ ਜੀ ਅਸੀਂ ਚਾਹੁੰਦੇ ਰਹਾਂ ਹੁਣ ਆਪਣੀ ਕਿਸਮਤ ਹੈ ਇਨਸ਼ਾਅੱਲਾ ਵਧ ਜਾਵੇ ਘਟ ਜਾਵੇ ਉਹ ਆਪਣੇ ਨਸੀਬ ਨੇ ਲੇਕਿਨ ਕਟਣੀ ਕਿਹਾ ਹੈ ਮਾਸ਼ਾਅੱਲਾ ਅਗਲੇ ਸਵੇ ਮੱਜ ਨੇ ਦੁੱਧ ਵਦਨਾ ਹੀ ਹੁੰਦਾ ਹੈ ਸਾਡਾ ਰਾਪਤਾ ਨੰਬਰ 03045544153 ਇਹ ਸਾਡਾ ਵਟਸਐਪ ਨੰਬਰ ਵੀ ਹੈ ਕਾਲ ਨੰਬਰ ਵੀ ਹੈ ਈਮੋ ਨੰਬਰ ਵੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਤੁਹਾਡੇ ਵਾਸਤੇ ਤੁਹਾਡਾ ਵੀਰ ਵੀਡੀਓ ਨਵੀ ਤੋਂ ਨਵੀ ਰੋਜ਼ਾਨਾ ਲੈ ਕੇ ਹਾਜ਼ਰ ਹੁੰਦਾ ਹੈ ਇਸੇ ਤਰ੍ਹਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਫਿਰ حاضر ਹੋਵਾਂਗੇ ਜੀ ਅੱਲਾ ਹਾਫਿਜ਼